ਪਹਿਲਾਂ ਤੁਸੀਂ ਗੁੱਸੇ ਦੇ ਵਿੱਚ SHO ਤੇ ਭੜਕੀ ਇਸ ਲਵਪ੍ਰੀਤ ਕੌਰ ਦੇ ਤਿੱਖੇ ਬੋਲ ਸੁਣੋ। ਜੇ ਸਰ SHO ਨਾ ਆਇਆ ਨਾ, ਮੈਂ ਜਿੱਥੇ ਵੀ ਹੋਇਆ ਮੈਂ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦੂੰਗੀ। ਰੋਕ ਕੌਣ ਰਿਹਾ, ਰੋਕ ਕੌਣ ਰਿਹਾ, ਅੱਗ ਲਾ ਦੂੰਗੀ। ਮੈਨੂੰ ਜੇਲ੍ਹ ਹੋਵੇ, ਕੁਛ ਮਰਜ਼ੀ ਹੋ ਜਾਵੇ, ਮੈਂ ਅੱਗ ਲਾ ਆਉਂਗਾ ਜਿੱਥੇ ਮਰਜ਼ੀ ਲਾ ਜਾਂਦਾ ਜੀ। ਸੁਣਿਆ ਤੁਸੀਂ ਕਿ ਲਵਪ੍ਰੀਤ SHO ਨੂੰ ਅੱਗ ਲਗਾਉਣ ਦੀਆਂ ਸਿੱਧੀਆਂ ਧਮਕੀਆਂ ਦੇ ਰਹੀ ਹੈ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਆਖਿਰਕਾਰ ਅਜਿਹਾ ਕੀ ਹੋਇਆ ਜਿਸ ਨਾਲ ਇਹ ਕੁੜੀ ਇੰਨੇ ਗੁੱਸੇ ਦੇ ਵਿੱਚ ਲਾਲ ਹੈ। ਹੁਣ ਅਸੀਂ ਤੁਹਾਨੂੰ ਪੂਰੇ ਮਾਮਲੇ ਤੋਂ ਜਾਣੂ ਕਰਾਉਂਦੇ ਹਾਂ। ਇਹ ਮਾਮਲਾ ਜ਼ਿਲ੍ਹਾ ਬਰਨਾਲਾ ਦਾ ਹੈ, ਜਿੱਥੇ ਕਿਸੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਥਾਣਾ City 2 ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਉਹ ਵਿਅਕਤੀ ਹਾਰਟ ਦਾ ਮਰੀਜ਼ ਸੀ। ਇਸ ਮਾਮਲੇ 'ਤੇ ਵਿਅਕਤੀ ਦੀ ਬੇਟੀ ਨੇ ਪੁਲਿਸ 'ਤੇ ਇਲਜ਼ਾਮ ਲਗਾਇਆ ਕਿ ਉਸ ਦੇ ਪਿਤਾ ਨੇ ਪੁਲਿਸ ਨੂੰ ਆਖਿਆ ਸੀ ਕਿ ਉਹ ਹਾਰਟ ਮਰੀਜ਼ ਹੈ ਅਤੇ ਉਸਦੀ ਤਬੀਅਤ ਖਰਾਬ ਹੋ ਰਹੀ ਹੈ, ਪਰ ਫਿਰ ਵੀ ਪੁਲਿਸ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ, ਜਿਸ ਕਾਰਨ ਉਸ ਦੇ ਪਿਤਾ ਦੀ ਹਾਲਤ ਜ਼ਿਆਦਾ ਗੰਭੀਰ ਹੋ ਗਈ। ਜਦੋਂ ਦਿਨ ਬੀਤ ਜਾਣ 'ਤੇ ਪੁਲਿਸ ਉਸ ਦੇ ਪਿਤਾ ਨੂੰ ਹਸਪਤਾਲ ਲੈ ਕੇ ਆਈ ਤਾਂ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਦੇ DMC ਹਸਪਤਾਲ ਰੈਫਰ ਕਰ ਦਿੱਤਾ। ਇਸ ਕਾਰਨ ਲਵਪ੍ਰੀਤ ਕੌਰ ਦਾ ਗੁੱਸਾ 7ਵੇਂ ਆਸਮਾਨ 'ਤੇ ਹੈ। ਸੁਣੋ ਇਸ ਦੌਰਾਨ ਲਵਪ੍ਰੀਤ ਨੇ ਕੀ ਆਖਿਆ। ਤੁਹਾਡੇ ਬੇਟਾ ਕੌਣ ਬਿਮਾਰ ਹੈ ਇੱਥੇ? ਅੰਕਲ ਮੇਰੇ ਮੰਮੀ ਹੈ ਨਾਲ। ਨਹੀਂ, ਦੇਖ ਤੁਹਾਡੇ ਫਾਦਰ ਸਾਹਿਬ ਬਿਮਾਰ ਹੈ, ਪ੍ਰੋਬਲਮ ਕੀ ਆ ਰਹੀ ਤੁਹਾਨੂੰ? ਜਿਹੜਾ ਕਿਉਂ ਨਹੀਂ ਲੱਗਿਆ? ਪ੍ਰੋਬਲਮ ਇਹ ਹੈ, ਮੇਰੇ ਡੈਡੀ ਇੱਕ ਛੋਟੇ ਜਿਹੇ ਕੇਸ 'ਚ ਉਲਝ ਗਏ ਸੀਗੇ ਸਰ। ਇਹਨਾਂ ਨੂੰ ਜਦ ਉਹਨਾਂ ਨੂੰ ਪਤਾ ਵੀ ਸਵੇਰ ਦਾ ਮਰੀਜ਼ ਕਹਿ ਰਹੇ ਆ ਵੀ ਮੈਂ ਬਿਮਾਰ ਆ, ਮੈਨੂੰ ਲੈ ਕੇ ਕਿਉਂ ਨਹੀਂ ਜਾ ਰਹੇ ਹੈਗੇ? ਉਹਨਾਂ ਮਰੀਜ਼ ਨੇ ਖੁਦ ਕਿਹਾ ਕਿ ਮੇਰੇ ਪੈਰ ਲੱਤਾਂ ਮਾਵਾਂ ਖੜ ਗਈਆਂ, ਮੈਨੂੰ ਲੈ ਚਲੋ। ਜੇ ਸਰ SHO ਨਾ ਆਇਆ ਨਾ, ਮੈਂ ਜਿੱਥੇ ਵੀ ਹੋਇਆ ਮੈਂ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਹਸਪਤਾਲ ਦੇ ਵਿੱਚ ਮੌਜੂਦ ਪੁਲਿਸ ਅਧਿਕਾਰੀਆਂ ਤੇ ਇਸ ਲਾਪਰਵਾਹੀ ਬਾਰੇ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਤਾਂ ਪੁਲਿਸ ਮੁਲਾਜ਼ਮ ਸਵਾਲਾਂ ਦੇ ਠੋਸ ਜਵਾਬ ਨਾ ਦੇ ਸਕੇ। ਆਈਓ ਵੀ ਦੱਸੋ ਸੀ, ਦਿੱਕਤ ਤੁਸੀਂ ਡਾਈ ਜਾਂਦੇ ਹੋ, ਮਰੀਜ਼ ਮਰਨ ਵਾਲਾ ਪਿਆ, ਕਮਾਲ ਦੀ ਗੱਲ ਹੈ ਜੀ। ਸੋਡਾ ਨੋ ਲਾ ਰਹੇ ਨੇ ਵੀ ਆਈਓ ਤੁਸੀਂ ਹੋਗੇ, ਤੁਸੀਂ ਮਰੀਜ਼ ਨੂੰ ਜਿਹੜਾ ਅਰੈਸਟ ਕੀਤਾ, ਤੁਸੀਂ ਸ਼ਾਮਲ ਜਿਹੜਾ ਉਹ ਕਰ ਰਹੇ ਹੋਗੇ ਮਰੀਜ਼, ਤੁਹਾਨੂੰ ਪਤਾ ਜੀ ਬੜੀ ਮਾੜੀ ਹਾਲਤ ਦੇ ਬੱਚਾ, ਤੁਸੀਂ ਫਿਰ ਵੀ ਪਰ ਮਰੀਜ਼ ਨੂੰ ਇਗਨੋਰ ਕਰ ਰਹੇ ਹੋ, ਕੀ ਵਜ੍ਹਾ ਕੀ ਹੈ ਇਹ? ਜਦੋਂ ਡਾਕਟਰ ਨੇ ਕਹਿਤਾ ਵੀ DMC ਦੀ ਆਜ, ਫਿਰ DMC ਕੌਣ ਲਿਆ ਕਹਿੰਦੇ? ਨਹੀਂ, ਉਹ ਤਾਂ ਸੋਡਾ ਨੋ ਲੈ ਰਹੇ ਨੇ, ਮੇਰੇ ਕੋਲ ਵੀਡੀਓ ਪਈ ਆ ਮੇਰੇ ਕੋਲ। ਸੀਨੀਅਰ ਨੇ ਤੁਸੀਂ ਉਹ ਕਹਿੰਦਾ ਯੂ ਇਹ ਨੇ ਕਹਿੰਦਾ ਕਹਿੰਦਾ ਮੇਨ ਚਾਰਜ ਇਹ ਨੇ ਕਹਿੰਦਾ ਇਹ ਬ੍ਰੈਜ ਨਾਲ ਰੈਸਟ ਪਈ ਵੀ ਆ। ਲਵਪ੍ਰੀਤ ਕੌਰ ਨੇ ਆਖਿਆ ਕਿ ਪੁਲਿਸ ਦੀ ਵਜ੍ਹਾ ਕਾਰਨ ਉਹਨਾਂ ਦੇ ਪਿਤਾ ਦੀ ਜਾਨ ਖਤਰੇ ਦੇ ਵਿੱਚ ਹੈ। ਉੱਧਰ ਦੂਜੇ ਪਾਸੇ ਮੌਕੇ 'ਤੇ ਪਹੁੰਚੀ ਪੁਲਿਸ ਅਧਿਕਾਰੀ ਵੀ ਸਵਾਲਾਂ ਤੋਂ ਭੱਜਦੇ ਨਜ਼ਰ ਆਏ। ਇਹ ਜਾਂਚ ਦਾ ਵਿਸ਼ਾ ਕਿ ਪੁਲਿਸ ਨੇ ਇੰਨੀ ਲਾਪਰਵਾਹੀ ਕਿਉਂ ਵਰਤੀ ਜਦੋਂ ਕਿ ਵਿਅਕਤੀ ਖੁਦ ਕਹਿ ਰਿਹਾ ਸੀ ਕਿ ਉਸਦੀ ਹਾਲਤ ਜ਼ਿਆਦਾ ਖਰਾਬ ਹੋ ਰਹੀ ਹੈ, ਫਿਰ ਪੁਲਿਸ ਉਸਨੂੰ ਜਲਦੀ ਹਸਪਤਾਲ ਕਿਉਂ ਨਹੀਂ ਲੈ ਕੇ ਗਈ? ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ। ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ, ਗਲੋਬਲ ਪੰਜਾਬ TV।